हैप्पी एनिवर्सरी, थैंक यू सो मच। गगन दी रीस नहीं होनी, आपा किसे दी रीस करनी क्यों है? साला अपना मुंह तेरी भैन ने वेख के। हाँ जी गाइस, स्वागत थोड़ा मेरे इस चैनल बोए तो मैं होकर तो तू सारे ठीक हो गए। सो गाइस, आज मैं बहुत बड़ी अपडेट लेकर आया थोड़े लिए। सो गाइस, वीडियो ना अंत तक जरूर देखियो तो चैनल को सब्सक्राइब करियो। आओ वधे आज दी बड़ी अपडेट वाल जो कि है स्नेहा ते गगन लाले। सो गाइस, तुहानू पता ही होना स्नेहा लाले ते गगन लाले दी कंट्रोवर्सी चलती आ रही। स्नेहा लाले ने कल अपने इंस्टाग्राम ते लाइव होए सी ते कुछ लोगों वालों थे कमेंट किए गए तो उन्होंने जवाब देंदे स्नेहा लाले ने की क्या, आओ तुहानू दिखाने पूरी वीडियो। गाइस, वीडियो ना अंत तक जरूर देखियो। सो मच, गगन दी रीस नहीं होनी, आपा किसे दी रीस करनी क्यों है? इस गाने दे विच ठीक आ, मेरे भरा दी कंपनी आ, आपां उहदे विच काम कर रहे हैं। मेरा गाना नहीं है, मैं किसी दी रीस करन नहीं आई इत्थे। तुसीं बहुत गंदे हो, धोखे दे के मजे लै रहे हो यार। हाथों की तरह तो रोंदा कौन देखदा पिया या मैं ही माड़ी आ? ना ना, असीं गंदे हो ठीक आ, तुसीं साफ सुथरे रहो। ਤੁਹਾਡੇ ਘਰ ਪੈਣਾ ਹੈ ਨਾ, ਨਾ ਕਰੋ। ਸਾਰੀ ਦੁਨੀਆ ਹੱਸੇ, ਕੋਈ ਪ੍ਰੋਬਲਮ ਨਹੀਂ ਹੈ। ਤੁਹਾਡੇ ਘਰੇ ਭੈਣਾਂ ਵੀ ਹੈਗੀਆਂ ਨਾ ਬਾਈ, ਉਹ ਦੇਖੋ ਭੈਣਾਂ ਤੁਹਾਡੇ ਕਿਸੇ ਨਾਲ ਸੈੱਟ ਨਹੀਂ, ਉਹ ਦੇਖ ਲਓ ਬਾਈ। ਮੈਨੂੰ ਇੰਨਾ ਪਤਾ ਨਹੀਂ, ਜਿਹਨੇ ਆਪਣੀ ਭੈਣ ਦੇਣੀ ਆ ਨਾ, ਜਿਹਨੇ ਆਪਣੀ ਭੈਣ ਦੇਣੀ ਆ, ਆਈਡੀਆਂ ਤੁਹਾਡੇ ਕੋਲ ਆ ਗਈਆਂ। ਦੋਨੋਂ ਬੈਠੇ ਜਿੱਥੇ ਮਰਜ਼ੀ ਮੈਸੇਜ ਕਰ ਲਿਓ, ਜਿੱਥੇ ਮਰਜ਼ੀ। ਰੀਅਲ ਆਈਡੀ ਮੈਂ ਮੈਂਸ਼ਨ ਕੀਤੀ ਆ, ਰੀਅਲ ਆਈਡੀਆਂ ਆ, ਜਿੱਥੇ ਮਰਜ਼ੀ ਜਦੋਂ ਮਰਜ਼ੀ ਮੈਸੇਜ ਕਰ ਲਿਓ। ਸ਼ਰਮ ਕਰ ਕੁੜੀਏ ਥੋੜੀ ਜੀ, ਕਿਹੜੀ ਗੱਲੋਂ? ਮੈਂ ਹੱਸਦੀ ਆ, ਜੀ ਰਹੀ ਆ ਤਾਂ ਸ਼ਰਮ ਕਰਾਂ? ਅਗਲਾ ਮਰ ਗਿਆ ਆ, ਕਿਹੜੀ ਕਿਹੜੀ ਗੱਲ ਦੀ ਸ਼ਰਮ ਕਰਾਂ? ਆਊਟ ਨੋ ਦੇ ਕਿੱਦਾਂ ਬਾਜੀ ਨਾਮ ਗਾਣਾ ਆ ਗਿਆ ਆਪਣਾ, ਜਾ ਕੇ ਸੁਣੋ ਰਿਲੀਜ਼। ਸਾਨੂੰ ਕੁਛ ਨਹੀਂ ਪਤਾ, ਤੁਸੀਂ ਫਿਰ ਵੀ ਬੋਲਦੇ ਹੋ। ਮੈਂ ਸਿਰਫ ਇਸ ਗੱਲ ਤੇ ਹੈਰਾਨ ਆ ਕਿ ਕਿੱਦਾਂ ਕੋਈ ਬੰਦਾ ਕਹਿ ਸਕਦਾ ਆ। ਹਾਂਜੀ ਗਾਇਸ, ਤੁਸੀਂ ਦੇਖ ਲਈ ਹੋਣੀ ਵੀਡੀਓ। ਉਸ ਤੋਂ ਬਾਅਦ ਹੀ ਥੋੜ੍ਹੇ ਚਿਰ ਬਾਅਦ ਹੀ ਗਗਨ ਲਾਲੇ ਨੇ ਆਪਣੇ ਯੂਟਿਊਬ ਤੋਂ ਆਪਣਾ ਗਾਣਾ ਡਿਲੀਟ ਕਰ ਦਿੱਤਾ ਤੇ ਉਹਨਾਂ ਨੇ ਉਹਨਾਂ ਦਾ ਰੀਜ਼ਨ ਦੱਸਦੇ ਹੋਏ ਕੁਝ ਸਟੋਰੀਜ਼ ਪਾਈਆਂ ਸੀ। ਆਓ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ। ਗਾਇਸ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਆਪਣਾ ਗਾਣਾ ਫਿਰ ਆਪਾਂ ਕਰਤਾ ਚੈਨਲ ਤੋਂ ਡਿਲੀਟ, ਕਿਉਂਕਿ ਇਦਾਂ ਹੁਣ ਆਪਾਂ ਨੂੰ ਐਨਾਲਾਈਜ਼ ਦੇ ਵਿੱਚ ਲੱਖ ਪਲੱਸ ਵਿਊ ਸ਼ੋਅ ਕਰਨ ਡਿਆ ਵਾ, ਤੇ ਪਰ ਚੈਨਲ ਦੇ ਉੱਤੇ ਗਾਣੇ ਦੇ ਉੱਤੇ ਵਿਊ ਆਉਣ ਡਏ ਆ ਸਿਰਫ 20,000। ਮਤਲਬ ਉੱਤੇ ਆਪਾਂ ਜਦੋਂ ਉੱਤੇ ਮੇਲ ਪਾਉਂਦੇ ਹਾਂ ਉਹਨਾਂ ਵੱਲੋਂ ਦੁਬਾਰਾ ਰਿਸਪੌਂਸ ਹੁੰਦਾ ਵਾ, ਤੁਹਾਨੂੰ ਆਪਾਂ ਪਹਿਲਾਂ ਵਾਰਨਿੰਗ ਦਿੱਤੀ ਸੀਗੀ। ਸੋ ਤਾਂ ਕਰਕੇ ਆਪਾਂ ਹੁਣ ਚੈਨਲ ਲਾਵਾਂਗੇ ਨਵਾਂ। ਸੋ ਚੈਨਲ ਬਣਾ ਕੇ ਅੱਜ ਕੱਲ੍ਹ ਦੇ ਵਿੱਚ ਚੈਨਲ ਨਵਾਂ ਬਣਾਉਂਦੇ ਹਾਂ ਆਪਾਂ, ਜਿਹਦਾ ਨਾਂ ਹਜੇ ਨਾਂ ਸੋਚਣ ਦੇ, ਚੈਨਲ ਤਾਂ ਆਪਾਂ ਬਣਾ ਦੇਣਾ ਸੀਗਾ, ਹੈਗਾ? ਚਲੋ ਠੀਕ ਆ। ਸੋ ਚੈਨਲ ਨੂੰ ਸਪੋਰਟ ਕਰਿਓ, ਚੈਨਲ ਆਪਾਂ ਪ੍ਰਮੋਟ ਕਰ ਲਾਂਗੇ ਆਪਣੇ ਚੈਨਲ ਤੋਂ। ਸੋ ਗਾਇਸ, ਤੁਸੀਂ ਦੇਖ ਲੈਣੀ। ਉਸ ਬਾਅਦ ਗਗਨ ਲਾਲ ਨੇ ਇੱਕ ਸਟੋਰੀ ਪਾਉਂਦੇ ਲਿਖਿਆ, ਸਾਡੇ ਬਾਰੇ ਸ਼ਿਟ ਟੋਕ ਕਰਦੇ ਤੇ ਸਾਡੇ ਕੋਲੋਂ ਸਿੱਖਦੇ ਨੇ, ਅੱਜ ਵੀ ਜੇ ਕੋਈ ਪਿਓ ਪੁੱਛਦਾ ਤਾਂ ਨਾਮ ਲਾਲੀ ਦਾ ਲਿਖਦੇ ਨੇ। ਉਸ ਬਾਅਦ ਉਹਨਾਂ ਨੇ ਇੱਕ ਹੋਰ ਲਿਖਿਆ, ਤੂੰ ਜਿਨ੍ਹਾਂ ਨਾਲ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਂਦੀ। ਉਸ ਬਾਅਦ ਇੱਕ ਹੋਰ ਸਟੋਰੀ ਪਾਉਂਦੇ ਹੋਏ ਉਹਨਾਂ ਨੇ ਲਿਖਿਆ, ਚੜਾਈ ਲਈਓ ਮੇਰਾ ਰਿਪਲਾਈ ਮੰਗਦੇ, ਛੱਡਾ ਦੇ ਕੇ ਛੋਟੀ ਜਿਹੀ ਸਮਾਈਲ ਅੱਜ ਕੱਲ੍ਹ। ਸੋ ਗਾਇਸ, ਤੁਸੀਂ ਦੇਖ ਹੀ ਸਕਦੇ ਹੋ। ਸੋ ਗਾਇਸ, ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਦੱਸੋ। ਸੋ ਗਾਇਸ, ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ, ਤਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਬਾਏ ਬਾਏ।